ਦੇਖੋ ਅਸਲ ਦੇ ਵਿੱਚ ਪੰਜਾਬ ਦੇ ਵਿੱਚ ਲਗਾਤਾਰ ਜਿਹੜੇ ਕਿਸਾਨ ਨੇ ਉਹਨਾਂ ਦੇ ਵੱਲੋਂ ਬੀਜੇਪੀ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ ਔਰ ਇਸੇ ਵਿਰੋਧ ਤੋਂ ਬਾਅਦ ਜਿਹੜੇ ਸੁਨੀਲ ਜਾਖੜ ਨੇ ਪੰਜਾਬ ਬੀਜੇਪੀ ਦੇ ਪ੍ਰਧਾਨ ਨੇ ਉਹਨਾਂ ਦਾ ਇੱਕ ਸੁਨੇਹਾ ਆਉਂਦਾ ਕਿ ਅਸੀਂ ਗੱਲਬਾਤ ਦੇ ਲਈ ਤਿਆਰ ਹਾਂ। ਉੱਥੋਂ ਇਹ ਗੱਲ ਚੱਲਦੀ ਹੈ ਦੋਨਾਂ ਧਿਰਾਂ ਵਾਲੇ ਪਾਸਿਓਂ ਕਿ ਜੇ ਗੱਲਬਾਤ ਦੇ ਲਈ ਤਿਆਰ ਨੇ ਤਾਂ ਕਿਸਾਨ ਕਹਿੰਦੇ ਨੇ ਕਿ ਅਸੀਂ ਗੱਲਬਾਤ ਦੇ ਲਈ ਤਿਆਰ ਹਾਂ। ਸਮੇਂ ਦੀ ਗੱਲ ਹੁੰਦੀ ਹੈ, ਡਿਮਾਂਡ ਹੁੰਦੀ ਹੈ, ਜਗ੍ਹਾ ਦੀ ਗੱਲ ਹੁੰਦੀ ਹੈ। ਉਸ ਤੋਂ ਬਾਅਦ ਸਥਿਤੀ ਇੱਥੇ ਪਹੁੰਚ ਜਾਂਦੀ ਹੈ ਕਿ ਕਿਸਾਨ ਭਵਨ ਦੇ ਵਿੱਚ ਅੱਜ ਦਾ ਸਮਾਂ ਦੇ ਦਿੱਤਾ ਜਾਂਦਾ ਹੈ ਪ੍ਰੈਸ ਕਾਨਫਰੰਸ ਕਰਕੇ ਕਿਸਾਨ ਆਗੂਆਂ ਦੇ ਵੱਲੋਂ, ਔਰ ਇੱਥੇ ਚੇਅਰ ਲਾ ਦਿੱਤੀਆਂ ਜਾਂਦੀਆਂ ਨੇ। ਇੱਧਰ ਸੁਨੀਲ ਜਾਖੜ ਜਿਹੜੇ ਪੰਜਾਬ ਬੀਜੇਪੀ ਦੇ ਪ੍ਰਧਾਨ ਨੇ ਉਹਨਾਂ ਦੀ ਤਸਵੀਰ ਲਾ ਕੇ ਇੱਕ ਚੇਅਰ ਰੱਖ ਦਿੱਤੀ ਗਈ ਹੈ। ਅੱਗੇ ਜੇਪੀ ਨੱਡਾ ਜਿਹੜੇ ਬੀਜੇਪੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਨੇ, ਅੱਗੇ ਅਰਜੁਨ ਮੁੰਡਾ ਦੀ ਤਸਵੀਰ ਲਾਈ ਗਈ ਹੈ ਖੇਤੀਬਾੜੀ ਮੰਤਰੀ ਨੇ, ਅਮਿਤ ਸ਼ਾਹ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਨੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਤਸਵੀਰ ਲਾ ਕੇ ਉਹਨਾਂ ਦੇ ਲਈ ਕੁਰਸੀਆਂ ਰਾਖਵੇ ਰੱਖ ਦਿੱਤੀਆਂ ਗਈਆਂ ਨੇ ਕਿ ਭਾਈ ਕੁਰਸੀਆਂ ਲੱਗੀਆਂ ਨੇ ਅਤੇ ਗੱਲਬਾਤ ਦੇ ਲਈ। ਹਮੇਸ਼ਾ ਬੀਜੇਪੀ ਕਹਿੰਦੇ ਆਗੂ ਕਹਿੰਦੇ ਨੇ ਕਿ ਅਸੀਂ ਗੱਲਬਾਤ ਕਰਨਾ ਚਾਹੁੰਦੇ ਹਾਂ ਤਾਂ ਗੱਲਬਾਤ ਕੀਤੀ ਜਾਵੇ, ਤਾਂ ਅਜਿਹੇ ਦੇ ਵਿੱਚ ਕਿਸਾਨ ਆਗੂ ਜਿਹੜੇ ਨੇ ਉਹ ਇੱਥੇ ਮੌਜੂਦ ਨੇ ਔਰ ਇਹਨਾਂ ਕੁਰਸੀਆਂ ਲਾਉਣ ਦੇ ਪਿੱਛੇ ਭਾਵਅਰਥ ਜਾਂ ਕੋਈ ਗੱਲਬਾਤ ਹੋਈ ਵੀ ਹੈ ਜਾਂ ਫਿਰ ਆਪਣੇ ਪੱਧਰ 'ਤੇ ਕੀ ਕੁਝ ਚੱਲ ਰਿਹਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਰਣਨੀਤੀ ਕਿਸਾਨਾਂ ਦੀ ਕੀ ਰਹੇਗੀ ਅਤੇ ਬੀਜੇਪੀ ਦੀ ਕੀ ਰਹੇਗੀ, ਉਹ ਸਥਿਤੀ ਵੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸਰਵਣ ਸਿੰਘ ਭਦੇਰ ਹੋਣੀ ਨੇ, ਭਦੇਰ ਸਾਹਿਬ ਕੁਰਸੀਆਂ ਲੱਗੀਆਂ ਨੇ, ਕਹਿੰਦੇ ਕਿ ਬੀਜੇਪੀ ਦੇ ਇਹਨਾਂ ਆਗੂਆਂ ਨੂੰ ਤੁਸੀਂ ਸੱਦਾ ਭੇਜਿਆ, ਇਹ ਕਿਸ ਤਰ੍ਹਾਂ ਦਾ ਸੱਦਾ, ਕੀ ਉਹਨਾਂ ਨੂੰ ਵਰਬਲੀ ਸੁਣਿਆ ਗਿਆ ਜਾਂ ਮੀਡੀਆ ਦੇ ਰਾਹੀਂ ਸੁਣਿਆ ਗਿਆ, ਇਹ ਕੁਰਸੀਆਂ ਲਾਉਣ ਦਾ ਮਕਸਦ ਸਮਝਣਾ ਚਾਹਾਂਗੇ। ਦੇਖੋ ਬੇਨਤੀ ਹੈ ਵੀ ਇਹ ਸੱਦਾ ਤੁਹਾਡੇ ਰਾਹੀਂ ਸਾਨੂੰ ਪਹੁੰਚਿਆ ਸੀਗਾ, ਜਿਹੜੇ ਪੰਜਾਬ ਦੇ ਪ੍ਰਧਾਨ ਨੇ ਸਰਦਾਰ ਸੁਨੀਲ ਜਾਖੜ ਸਾਹਿਬ, ਉਹਨਾਂ ਨੇ ਲਾਇਆ ਸੀਗਾ ਵੀ ਤੁਸੀਂ ਇੱਧਰ ਉੱਧਰ ਧਰਨੇ ਨਾ ਲਾਓ ਜਾਂ ਸਾਡਾ ਵਿਰੋਧ ਨਾ ਕਰੋ, ਸਾਡੇ ਨਾਲ ਚੰਡੀਗੜ੍ਹ ਬਹਿ ਕੇ ਗੱਲਬਾਤ ਕਰ ਲਓ, ਅਤੇ ਅਸੀਂ ਉਸ ਸੱਦੇ ਨੂੰ ਕਬੂਲਿਆ ਅਤੇ 16 ਨੂੰ ਅਸੀਂ ਉਹਨਾਂ ਨੂੰ ਸੱਦਾ ਦੇ ਦਿੱਤਾ। ਉਹਨਾਂ ਦੇ ਸੱਦੇ ਵਿੱਚ ਜਗ੍ਹਾ ਨਹੀਂ ਸੀ ਹੈਗੀ, ਡੇਟ ਨਹੀਂ ਸੀ ਹੈਗੀ, ਅਸੀਂ ਆਪਣੇ ਸੱਦੇ ਵਿੱਚ ਜਗ੍ਹਾ ਵੀ ਦੱਸੀ, ਡੇਟ ਵੀ ਦਿੱਤੀ ਅਤੇ ਆ ਕੇ ਬੈਠੇ ਵੀ ਹਾਂ। ਜਿੱਥੋਂ ਤੱਕ ਰਾਸ਼ਟਰੀ ਲੀਡਰ ਸਾਹਿਬਾਨ ਦੀ ਗੱਲ ਆ, ਜਦੋਂ ਅਸੀਂ ਸਵਾਲ ਕਰਦੇ ਉਹਨਾਂ ਨੂੰ ਕਹਿੰਦੇ ਇਹਨਾਂ ਸਵਾਲਾਂ ਦੇ ਜਵਾਬ ਸਾਡੇ ਨੈਸ਼ਨਲ ਲੀਡਰਾਂ ਨੇ ਦੇਣੇ ਆ, ਅਤੇ ਅਸੀਂ ਕਿਹਾ ਉਹਨਾਂ ਦੇ ਤੁਹਾਡੇ ਮਾਧਿਅਮ ਨਾਲ ਵੀ ਸਵਯਮ ਪ੍ਰਧਾਨ ਮੰਤਰੀ ਜੀ ਨੂੰ ਸੱਦ ਲਓ, ਆਪਣੇ ਗ੍ਰਹਿ ਮੰਤਰੀ ਜੀ ਨੂੰ ਸੱਦ ਲਿਆ ਜਾਵੇ, ਖੇਤੀਬਾੜੀ ਮੰਤਰੀ ਜੀ ਨੂੰ ਸੱਦ ਲਿਆ ਜਾਵੇ, ਜੇਪੀ ਨੱਡਾ ਜੀ ਨੂੰ ਸੱਦ ਲਿਆ ਜਾਵੇ, ਤਾਂ ਅਸੀਂ ਵੇਟ ਕਰ ਰਹੇ ਹਾਂ ਉਹਨਾਂ ਦਾ। ਅੱਛਾ, ਕੀ ਸੁਨੇਹਾ ਤਾਂ ਚਲੋ ਮੀਡੀਆ ਦੇ ਰਾਹੀਂ ਚਲਾ ਗਿਆ, ਕੀ ਕਦੋਂ ਦਾ ਸਮਾਂ ਤੁਸੀਂ, ਕਿੰਨਾ ਟਾਈਮ ਰੱਖਿਆ, ਕਿੰਨੇ ਵਜੇ ਤੱਕ ਭਾਈ ਪਹੁੰਚ ਜਾਓ? ਔਰ ਤੁਹਾਨੂੰ ਲੱਗਦਾ ਕਿ ਚਲੋ ਬਾਕੀ ਤਾਂ ਦੇਖੋ ਸਿੰਬੋਲਿਕ ਨੇ, ਤੁਹਾਨੂੰ ਲੱਗਦਾ ਕਿ ਜਾਖੜ ਸਾਹਿਬ ਤਾਂ ਲੋਕਲ ਨੇ, ਉਹ ਪਹੁੰਚ ਸਕਦੇ ਨੇ? ਹਾਂ ਦੇਖੋ, ਚਾਹੀਦਾ ਦੇਖੋ ਨਾ, ਉਹ ਤਾਂ ਦਾਅਵੇ ਕਰਦੇ ਨੇ ਵੀ ਇਹ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਆ, ਹੈਲਦੀ ਡੈਮੋਕਰੇਸੀ ਆ, ਹੈਲਦੀ ਡੈਮੋਕਰੇਸੀ ਵਿੱਚ ਸਭ ਤੋਂ ਬੈਸਟ ਤਰੀਕਾ ਕਿਸਾਨਾਂ ਦਾ ਵੀ ਆ ਜਾਓ, ਬਹੋ, ਸਾਡੇ ਨਾਲ ਗੱਲਬਾਤ ਕਰੋ, ਚਰਚਾ ਕਰੋ। ਹੁਣ ਆਉਣਾ ਵਾ ਕਿ ਨਹੀਂ ਆਉਣਾ ਉਹਨਾਂ ਦੀ ਮਰਜ਼ੀ ਆ, ਅਸੀਂ 1:30 ਵਜੇ ਲੰਗਰ ਛਕਾਂਗੇ ਤੇ ਲੰਗਰ ਛਕਣ ਤੋਂ ਬਾਅਦ 2 ਵਜੇ ਫੇਰ ਆ ਜਾਂਗੇ ਤੇ ਲਗਭਗ 3 ਵਜੇ ਪੀਸੀ ਕਰਾਂਗੇ, ਉਹ ਚ ਫਿਰ ਸਾਰਾ ਪੱਕਾ। ਤਾਂ ਦੇਖੋ ਕਹਿੰਦੇ ਨੇ ਜੀ ਸਮਾਂ ਦਿੱਤਾ ਹੈ, ਉਸ ਤੋਂ ਬਾਅਦ ਦੇਖਦੇ ਹਾਂ ਕਿ ਕੀ ਸੁਨੇਹਾ ਆਉਂਦਾ, ਪਰ ਫਿਲਹਾਲ ਇਹ ਕੁਰਸੀਆਂ ਲਾ ਕੇ ਕਹਿੰਦੇ ਨੇ ਸੁਨੇਹਾ ਭੇਜਣ ਦੀ ਕੋਸ਼ਿਸ਼ ਹੈ। ਜਗਜੀਤ ਸਿੰਘ ਡੱਲੇਵਾਲ ਹੁਣੀ ਵੀ ਮੌਜੂਦ ਨੇ, ਡੱਲੇਵਾਲ ਸਾਹਿਬ ਕੁਰਸੀਆਂ ਲੱਗ ਗਈਆਂ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਪੰਜਾਬ ਬੀਜੇਪੀ ਪ੍ਰਧਾਨ, ਨੈਸ਼ਨਲ ਪ੍ਰਧਾਨ, ਖੇਤੀਬਾੜੀ ਮੰਤਰੀ, ਕੀ ਸੁਨੇਹਾ, ਕਿਸ ਤਰ੍ਹਾਂ ਸਮਝੀ? ਹੁਣੇ ਭਦੇਰ ਸਾਹਿਬ ਇਹ ਦੱਸ ਰਹੇ ਸੀ, ਪਰ ਇਸ ਸਥਿਤੀ ਨੂੰ ਕਿਵੇਂ ਦੇਖੀਏ, ਕਿਉਂਕਿ ਪੰਜਾਬ ਦੇ ਵਿੱਚ ਬੀਜੇਪੀ ਦੇ ਜਿਹੜੇ ਨੁਮਾਇੰਦੇ ਜਾਂਦੇ ਨੇ ਉਹਨਾਂ ਦਾ ਵਿਰੋਧ ਲਗਾਤਾਰ ਹੋ ਰਿਹਾ? ਸਭ ਤੋਂ ਪਹਿਲੀ ਤਾਂ ਗੱਲ ਹੈ ਕਿ ਅੱਜ ਦੀ ਡਿਬੇਟ ਦੇ ਵਿੱਚ ਉਹਨਾਂ ਦਾ ਨਾਂ ਆਉਣਾ, ਸਾਡੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਕਿ ਇਹ ਲੋਕ ਝੂਠੇ ਨੇ। ਤੁਹਾਡੇ ਵਿੱਚ ਜਾ ਕੇ, ਸਮਾਜ ਦੇ ਵਿੱਚ ਜਾ ਕੇ, ਲੋਕਾਂ ਦੇ ਵਿੱਚ ਜਾ ਕੇ, ਸਾਡੀ ਗੈਰ ਹਾਜ਼ਰੀ ਚ ਪ੍ਰੈਸ ਤੇ ਜਾ ਕੇ ਝੂਠ ਦਾ ਪ੍ਰਚਾਰ ਕਰਦੇ ਨੇ, ਝੂਠ ਫੈਲਾਉਂਦੇ ਨੇ, ਇਸ ਗੱਲ ਨੂੰ ਸਮਝ ਲੈਣਾ ਚਾਹੀਦਾ। ਅੱਜ ਇੱਥੇ ਖੂਬ ਚਰਚਾ ਹੋਣੀ ਸੀ, ਕਈਆਂ ਵਿਸ਼ਿਆਂ ਤੇ ਚਰਚਾ ਹੋਣੀ ਸੀ। ਇਹ ਚਰਚਾ ਹੋਣੀ ਸੀ ਵੀ ਸਾਡਾ ਅੰਦੋਲਨ ਜਾਇਜ਼ ਆ ਕਿ ਨਜਾਇਜ਼ ਹੈ।
ਇਹ ਚਰਚਾ ਹੋਣੀ ਸੀ ਕਿ ਅਸੀਂ ਪੋਲੀਟੀਕਲ ਹਾਂ ਕਿ ਆਪਦੀਆਂ ਮੰਗਾਂ ਲੈ ਕੇ ਪਿਓਰ ਕਿਸਾਨ ਬੈਠੇ ਹਾਂ। ਇਹ ਵੀ ਚਰਚਾ ਹੋਣੀ ਸੀ ਕਿ ਅਸੀਂ ਜਿਹੜੀ MSP ਦੀ ਗਰੰਟੀ ਦਾ ਕਾਨੂੰਨ ਮੰਗਦੇ ਹਾਂ, ਸਾਡੀ ਸਰਕਾਰ ਤੇ ਸਰਕਾਰ ਦੇ ਜਿਹੜੇ ਤੰਤਰ ਜਾਂ ਇਹ ਕਹਿ ਲਈਏ ਕਿ ਜਿਹੜੇ ਲੋਕ ਜਿਹੜੇ ਬੁੱਧੀਜੀਵੀ ਸਰਕਾਰੀ ਬੁੱਧੀਜੀਵੀ ਜਿਹੜੇ ਕਹਿੰਦੇ ਨੇ ਕਿ ਬਹੁਤ ਸਾਰਾ ਮਤਲਬ ਆਰਥਿਕ ਬੋਝ ਪਏਗਾ, ਜਿਹੜੇ ਕਹਿੰਦੇ ਨੇ ਕਿ ਆਮ ਲੋਕਾਂ ਦੀ ਪਹੁੰਚ ਤੋਂ ਅਨਾਜ ਬਾਹਰ ਚਲਿਆ ਜਾਏਗਾ, ਜਿਹੜੇ ਇਹ ਕਹਿਣ ਵਾਲੇ ਲੋਕ ਆਏ, ਉਹਨਾਂ ਲੋਕਾਂ ਨੂੰ ਅੱਜ ਅਸੀਂ ਸਪਸ਼ਟ ਕਰਾਂਗੇ ਇੱਥੇ। ਇਹਨਾਂ ਦੇ ਸਾਹਮਣੇ ਸਪਸ਼ਟ ਕਰਨ ਦਾ ਸਾਡਾ ਪ੍ਰੋਗਰਾਮ ਸੀਗਾ ਕਿ ਲੋਕ ਸਾਰਾ ਕੁਝ ਦੇਖਣ ਕਿ ਅਸੀਂ ਕਿਸ ਤਰੀਕੇ ਨਾਲ ਸਿੱਧ ਕਰਦੇ ਹਾਂ ਕਿ ਅਗਰ MSP ਮਿਲਦੀ ਹੈ ਤਾਂ ਸਰਕਾਰੀ ਖਜ਼ਾਨੇ ਦੇ ਬੋਝ ਨਾ ਪੈ ਕੇ ਸਗੋਂ ਸਰਕਾਰ ਨੂੰ ਬਹੁਤ ਵੱਡਾ ਪ੍ਰੋਫਿਟ ਹੋ ਸਕਦਾ ਹੈ। ਤੁਹਾਡੇ ਕਹਿਣ ਤੋਂ ਭਾਵ ਇਹ ਸੀਗਾ ਕਿ ਸੁਨੇਹਾ ਭੇਜਣ ਦੀ ਇਹੀ ਕੋਸ਼ਿਸ਼ ਕਿ ਜਿਹੜਾ ਕਿਹਾ ਜਾ ਰਿਹਾ BJP ਆਗੂਆਂ ਦੇ ਵੱਲੋਂ ਕਿ ਪੰਜਾਬ 'ਚ ਜਿਹੜੇ ਕਿਸਾਨ ਘਿਰਾਓ ਕਰਦੇ ਨੇ, ਤਾਂ ਤੁਹਾਨੂੰ ਲੱਗਦਾ ਸੀ ਕਿ ਵੀ ਉਹ ਘਿਰਾਓ ਵੀ ਬਰਕਤ ਹੋ ਜਾਏਗਾ ਜੇ ਸਾਰੇ ਸਵਾਲਾਂ ਦਾ ਜਵਾਬ ਤੁਸੀਂ ਇੱਥੇ ਆ ਕੇ ਆਪਣੇ ਸਾਹਮਣੇ ਗੱਲ ਕਰ ਲੈਂਦੇ ਹੋ, ਤਾਂ ਜਾਖੜ ਸਾਹਿਬ ਦੇ ਨਾਲ ਕੋਈ ਵੈਸੇ ਸੰਪਰਕ ਵੀ ਹੋਇਆ ਕਿਉਂਕਿ ਸਟੇਟ ਪ੍ਰੈਜ਼ੀਡੈਂਟ ਨੇ? ਦੇਖੋ, ਉਹਨਾਂ ਨੇ PC ਦੇ ਮਾਧਿਅਮ ਤੋਂ ਸਾਨੂੰ ਇੱਕ ਤਰ੍ਹਾਂ ਦਾ ਵੰਗਾਰਿਆ ਜਾਂ ਇਹ ਕਹਿ ਲਓ ਇੱਕ ਤਰ੍ਹਾਂ ਦੀ ਚੈਲੰਜ ਦਿੱਤਾ। ਤੁਹਾਡੀ ਗੱਲ ਵਿੱਚ ਸਮਝਣਾ ਚਾਹੂੰਗਾ ਜਿਹੜੇ ਦਰਸ਼ਕ ਹੁਣ ਜੁੜੇ ਨੇ ਕਿ ਘਟਨਾਕ੍ਰਮ ਇਹ ਸ਼ੁਰੂ ਕਿਵੇਂ ਹੋਇਆ, ਇਹ ਇੱਥੇ ਡਿਬੇਟ ਦੇ ਲਈ ਸੱਦਾ, ਇੱਥੇ ਕੁਰਸੀਆਂ ਲੱਗਣਾ, ਇਹ ਸ਼ੁਰੂ ਕਿਵੇਂ ਹੋਇਆ ਐਪੀਸੋਡ? ਕੱਲ ਕੀ ਹੈ, ਇਹਨਾਂ ਦੇ ਪ੍ਰਧਾਨ ਜੀ ਸੁਨੀਲ ਜਾਖੜ ਜੀ ਇਹਨਾਂ ਨੇ PC 'ਚ ਕਿਹਾ, ਡਿਬੇਟ ਦੇ ਵਿੱਚ ਇੱਕ 'ਚ ਇਹਨਾਂ ਦੇ ਇੱਕ ਹਰਜੀਤ ਗਰੇਵਾਲ ਨੇ ਅਭਿਮਨੂ ਕਹਾੜ ਦੇ ਨਾਲ ਉੱਥੇ ਮਤਲਬ ਵੰਗਾਰਿਆ ਗਿਆ ਕਿ ਜੀ ਅਸੀਂ ਤੁਹਾਡੇ ਨਾਲ ਖੁੱਲੀ ਡਿਬੇਟ ਲੋਕਾਂ ਦੇ ਸਾਹਮਣੇ ਰੱਖਣੀ ਜਾਂ ਕਰਨੀ ਚਾਹੁੰਦੇ ਹਾਂ। ਉਹਦੇ 'ਚੋਂ ਇਹ ਕਿਹਾ ਵੀ ਜੇ ਉਹ ਤੁਸੀਂ ਸਾਨੂੰ ਚੈਲੰਜ ਦਿੰਦੇ ਹੋ ਤਾਂ ਬਹੁਤ ਵਧੀਆ ਗੱਲ ਹੈ, ਜੇ ਕਿਤੇ ਤੁਸੀਂ ਸਾਡੇ ਨਾਲ ਪਲੇਟਫਾਰਮ 'ਤੇ ਇੱਕ 'ਤੇ ਇਕੱਠੇ ਹੋ ਜਾਓ, ਲਾਈਵ ਚੱਲੇ, ਲੋਕ ਵੇਖਣ, ਦੁਨੀਆ ਵੇਖੇ ਸੱਚ ਕੀ ਹੈ ਅਤੇ ਝੂਠ ਕੀ ਹੈ, ਨਿਧਾਰਨ ਦਾ ਮੌਕਾ ਮਿਲੇਗਾ। ਅਸੀਂ ਤਾਂ ਭਾਲਦੇ ਸੀ ਕਿ ਸਾਨੂੰ ਮੌਕਾ ਮਿਲੇ ਔਰ ਉਹ ਮੌਕਾ ਇਹ ਦੇ ਬੈਠੇ। ਉਹਦੇ 'ਚੋਂ ਅਸੀਂ ਇਹਨਾਂ ਨੂੰ ਡੇਟ ਦਿੱਤੀ ਕਿ 23 ਤਰੀਕ ਹੈ ਭਾਈ, ਜਗ੍ਹਾ ਤੁਹਾਡੀ ਹੈ। ਉਹਨਾਂ ਨੇ ਜਗ੍ਹਾ ਨਹੀਂ ਸਾਨੂੰ ਦਿੱਤੀ, ਫਿਰ ਅਸੀਂ ਜਗ੍ਹਾ ਵੀ ਆਪ ਅਨਾਊਂਸ ਕੀਤੀ ਕਿ ਭਾਈ ਇੱਥੇ ਆਪਾਂ 23 ਤਰੀਕ ਨੂੰ ਕਿਸਾਨ ਭਵਨ ਦੇ ਵਿੱਚ ਇਕੱਠੇ ਹੋਵਾਂਗੇ, ਇਹ ਸਭ ਦਾ ਸਾਂਝਾ ਹੈ, ਤੋ ਇੱਥੇ ਵੀ ਆਉਣ ਤੋਂ ਉਹ ਮਤਲਬ ਕਿਨਾਰਾ ਕਰ ਗਏ ਨੇ। ਸੋ ਮੇਰਾ ਗੱਲ ਕਰਨ ਦਾ ਭਾਵ ਇਹ ਹੈ ਕਿ ਇਹ ਉਹਨਾਂ ਨੇ ਵੱਲੋਂ ਹੀ ਕੀਤਾ ਹੋਇਆ ਚੈਲੰਜ ਅਸੀਂ ਸਵੀਕਾਰਿਆ ਹੈ, ਉਹਦੇ ਮੁਤਾਬਕ ਅਸੀਂ ਇਹਨਾਂ ਨੂੰ ਸੱਦਾ ਦਿੱਤਾ ਹੈ। ਸਿਚੁਏਸ਼ਨ ਤਾਂ ਦੇਖ ਲਈ ਵੀ ਆਉਣ ਨਾ ਆਉਣ ਵਾਲੀ ਗੱਲ ਤਾਂ ਆਪਾਂ ਮੈਨੂੰ ਲੱਗਦਾ ਵੀ ਗੱਲਾਂ ਬਾਤਾਂ 'ਚ ਰਹਿ ਜਾਣੀ ਹੈ, ਤਾਂ ਜੇ ਇਸ ਤੋਂ ਬਾਅਦ ਅੱਗੇ ਤੁਹਾਡਾ ਕੀ ਕਦਮ ਰਹੇਗਾ, ਉਸੇ ਤਰ੍ਹਾਂ ਘਿਰਾਓ ਜਾਰੀ ਰਹੇਗਾ ਜਾਂ ਉਸੇ ਤਰ੍ਹਾਂ ਪ੍ਰੋਟੈਸਟ, ਉਹ ਅੱਗੇ ਦੀ ਰਣਨੀਤੀ ਕੀ ਰਹੇਗੀ? ਨਵਿੰਦਰ ਜੀ, ਸਵਾਲ ਇਹ ਨਹੀਂ ਗਾ, ਸਵਾਲ ਇਹ ਹੈ ਕਿ ਘਿਰਾਓ ਕਰਨਾ ਸਾਡਾ ਕੋਈ ਚਾਅ ਨਹੀਂ ਹੈ, ਸਾਡੀ ਕੋਈ ਮਨਸ਼ਾ ਨਹੀਂ, ਸਾਡੇ ਸਵਾਲ ਨੇ ਯਾਰ। ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਵਾਅਦਾ ਨਹੀਂ ਕੀਤਾ ਕਿ MSP ਦੀ ਗਰੰਟੀ ਦਾ ਕਾਨੂੰਨ ਦੇਵਾਂਗੇ, ਤੁਸੀਂ ਵਾਅਦਾ ਨਹੀਂ ਕੀਤਾ ਕਰਜ਼ਾ ਮਾਫ਼ ਕਰਾਂਗੇ, ਤੁਸੀਂ ਰਿਟਰਨ 'ਚ ਵਾਅਦਾ ਨਹੀਂ ਕੀਤਾ ਕਿ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਾਂਗੇ, ਤੁਸੀਂ ਵਾਅਦਾ ਨਹੀਂ ਕੀਤਾ ਕਿ ਲਖੀਮਪੁਰ ਵਾਲੇ ਨੂੰ ਇਨਸਾਫ ਦੇਵਾਂਗੇ, ਤੁਸੀਂ ਵਾਅਦਾ ਨਹੀਂ ਕੀਤਾ ਕਿ ਕਿਸਾਨਾਂ ਦੇ ਕੇਸ ਵਾਪਸ ਲਵਾਂਗੇ, ਜਿਹੜੇ ਵਾਅਦੇ ਨੇ ਨਾ। ਅਗਰ ਇਹ ਤੁਸੀਂ ਸਾਡੇ ਨਾਲ ਵਾਅਦੇ ਕੀਤੇ ਹੈ ਤਾਂ ਫਿਰ ਉਹ ਅਸੀਂ ਤੁਹਾਨੂੰ ਯਾਦ ਕਰਾਉਣ ਚੱਲੇ ਹਾਂ, ਤੁਸੀਂ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ, ਰੋਕ ਲਿਆ, ਇੰਨੀ ਵੱਡੀ ਹੈਵੀ ਬੈਰੀਗੇਟਿੰਗ ਮੇਰਾ ਖਿਆਲ ਹੈ ਅੱਜ ਤੱਕ ਤੁਸੀਂ ਵੀ ਆਪਦੀ ਲਾਈਫ ਦੇ ਵਿੱਚ ਪਹਿਲੀ ਵਾਰੀ ਵੇਖੀ ਹੋਊਗੀ ਇਸ ਤਰ੍ਹਾਂ ਦੀ ਅਜੀਬ ਕਿਸਮ ਦੀ ਬੈਰੀਗੇਟਿੰਗ। ਹੁਣ ਇਸ ਬੈਰੀਗੇਟਿੰਗ ਦੇ ਦੌਰਾਨ ਤੁਸੀਂ ਸਾਨੂੰ ਰੋਕ ਲਿਆ, ਇੱਥੇ ਈਵਨ ਇਹ ਵੀ ਕਰ ਲਿਆ ਕਿ ਲੋਕਾਂ ਦਾ ਰੋਹ ਸੀ ਜਿਹੜਾ ਉਹ ਇਹਨੂੰ ਵੀ ਮਤਲਬ ਪੱਟ ਕੇ ਜਾਣਾ ਚਾਹੁੰਦੇ ਸੀ, ਲੇਕਿਨ ਉਹਦੇ 400 ਕਿਸਾਨ ਜ਼ਖਮੀ ਹੋਇਆ, ਇੱਕ ਨੌਜਵਾਨ ਸ਼ਹੀਦ ਹੋਇਆ, ਤੁਸੀਂ ਉਹ ਸਾਰਾ ਕੁਝ ਕਰ ਲਿਆ, ਲੇਕਿਨ ਭਾਵ ਸਾਨੂੰ ਦਿੱਲੀ ਜਾਣ ਤੋਂ ਰੋਕਿਆ। ਭਾਈ ਜੇ ਤੁਸੀਂ ਦਿੱਲੀ ਜਾਣ ਤੋਂ ਰੋਕਿਆ, ਅੱਜ ਤਾਂ ਤੁਸੀਂ ਆਉਣਾ ਨਾ ਸਾਡੇ ਕੋਲ, ਫਿਰ ਸਵਾਲ ਤਾਂ ਕਰਨਗੇ ਲੋਕ।